ਆਈਏਐਸ ਅਫਸਰ ਦਾ, ਕਿਉਂਕਿ ਬਹੁਤ ਸਾਰੇ ਮਸਲੇ ਐਸੇ ਹੋ ਜਾਂਦੇ ਆ, ਦੱਬੇ ਰਹਿ ਜਾਂਦੇ ਆ, ਬਾਹਰ ਨਹੀਂ ਆਉਂਦੇ। ਛੋਟੇ ਕਰਮਚਾਰੀ ਵੱਡੇ ਅਫਸਰਾਂ ਨਾਲ ਉਵੇਂ ਖੈਬੜ ਦੇ ਵੀ ਨਹੀਂ, ਪੰਗਾ ਵੀ ਨਹੀਂ ਲੈਂਦੇ। ਪਤਾ ਕਿ ਅਸੀਂ ਕਿੰਨੇ ਕੁ ਜੋਗੇ ਹਾਂ ਔਰ ਸਾਡੀ ਚੱਲਣੀ ਕਿੱਥੇ ਆ ਜਦੋਂ ਗੱਲ ਵਧੀ। ਇੱਕ ਅਫਸਰ ਦੇ ਘਰ ਦਾ ਮਾਮਲਾ ਸਾਹਮਣੇ ਆਇਆ ਕਿ ਇੱਕ ਛੋਟੇ ਕਰਮਚਾਰੀ ਤੋਂ ਤਰ੍ਹਾਂ ਤਰ੍ਹਾਂ ਦੇ ਕੰਮ ਲਏ ਜਾ ਰਹੇ ਜਿਹੜੇ ਉਹਦੇ ਤੋਂ ਲਏ ਵੀ ਨਹੀਂ ਜਾ ਸਕਦੇ, ਉਹ ਵੀ ਆਈਐਸ ਦੀ ਪਤਨੀ ਕਹਿੰਦੇ ਇਸ ਤਰ੍ਹਾਂ ਕਰ ਰਹੀ ਆ। ਇਹ ਕੀ ਹੈ ਮਸਲਾ? ਔਰ ਦੂਸਰਾ, ਇਸ ਤਰ੍ਹਾਂ ਦੀਆਂ ਘਟਨਾਵਾਂ ਕਦੇ ਕਦੇ ਆਉਂਦੀਆਂ ਰਹਿੰਦੀਆਂ, ਅਤੇ ਕਿਉਂ ਨਹੀਂ ਆਵਾਜ਼ ਆਉਂਦੇ ਆਈਐਸ ਅਫਸਰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ? ਸੰਦੀਪ, ਜਿਹੜੇ ਆਈਐਸ ਅਫਸਰ ਨੇ ਕਈ ਤਾਂ ਚੰਗੇ ਨੇ, ਕਈਆਂ ਨੇ ਤਾਂ ਆਪਣੇ ਘਰ ਮੈਂ ਇੱਕ ਆਈਐਸ ਅਫਸਰ ਨੂੰ ਜਾਣਦਾ, ਉਹਦੇ ਘਰ 3 ਜਾਣੇ ਆ, ਆਪ ਉਹਦੀ ਘਰਵਾਲੀ ਅਤੇ ਮੁੰਡਾ, ਉਹਨਾਂ ਘਰ ਨੌਕਰ ਵੀ ਨਹੀਂ ਰੱਖਿਆ ਗਿਆ, ਉਹਦੀ ਘਰਵਾਲੀ ਰੋਟੀਆਂ ਪਕਾਉਂਦੀ ਇੱਕ ਆਈਐਸ ਐਫ ਦੀ 71 ਰੈਂਕ ਦਾ, ਅਤੇ ਕਈਆਂ ਨੇ ਘਰ 4-4 ਨੌਕਰ ਰੱਖੇ ਨੇ। ਇਹ ਜ਼ਿਆਦਾ ਜਦੋਂ ਪੰਜਾਬ ਦੇ ਖਜ਼ਾਨਾ ਮੰਤਰੀ ਸੀ ਨਾ ਮਨਪ੍ਰੀਤ ਸਿੰਘ ਬਾਦਲ, ਉਸ ਵੇਲੇ ਪੰਜਾਬ ਦੇ ਮੁੱਖ ਸਕੱਤਰ ਸੀ ਕਰਨ ਅਵਤਾਰ ਸਿੰਘ ਹੋਣੀ। ਕਰਨ ਅਵਤਾਰ ਸਿੰਘ ਹੋਣੀ ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸੀ, ਉਹ ਪੰਜਾਬ ਵਾਟਰ ਰੈਗੂਲੇਟਰੀ ਅਥਾਰਟੀ ਦੇ 5 ਸਾਲ ਵਾਸਤੇ ਚੇਅਰਮੈਨ ਲੱਗ ਗਏ। ਮੈਨੂੰ ਲੱਗਦਾ 5 ਸਾਲਾਂ 'ਚ ਉਹਨਾਂ ਨੇ ਪੰਜਾਬ ਦੇ ਵਾਟਰ ਨੂੰ ਕਿਵੇਂ ਬਚਾਉਣਾ ਕੋਈ ਕੰਮ ਵੀ ਨਹੀਂ ਕੀਤਾ ਹੋਣਾ, ਕਦੀ ਰਿਪੋਰਟ ਵੀ ਨਹੀਂ ਦਿੱਤੀ ਹੈਗੀ, ਕਦੀ ਮੀਡੀਆ ਦੇ ਸਾਹਮਣੇ ਵੀ ਆਈ ਕਿ ਮੈਂ 5 ਸਾਲਾਂ ਦੇ ਵਿੱਚ ਚੇਅਰਮੈਨ ਹੀ ਤਾਂ ਲੈ ਲਈ ਕੈਬਨਿਟ ਮਿਨਿਸਟਰ ਦੇ ਬਰਾਬਰ, ਵੀ ਤੂੰ ਭਾਈ 4 ਕੰਮ ਕੀਤਾ 4 ਪੈਸੇ ਦਾ, ਉਹ ਵੀ ਪੰਜਾਬ ਦੀ ਜਨਤਾ ਨੂੰ ਦਾ ਦੇ। ਬੜਾ ਖੁਸ਼ਕ ਚੀਫ ਸੈਕਟਰੀ ਹੋਇਆ, ਉਹਦੇ ਪੈਰ ਪੂਰ ਘੁੱਟ ਗਏ। ਅਫਸਰ ਅੱਜ ਕੱਲ੍ਹ ਲੱਗ ਜਾਂਦੇ, ਰਿਟਾਇਰਮੈਂਟ ਤੋਂ ਬਾਅਦ ਵੀ ਚੇਅਰਮੈਨੀਆਂ ਲੈ ਜਾਂਦੇ ਨੇ, ਉਹ ਇੱਕ ਚੇਅਰਮੈਨ ਹੀ ਲੈ ਗਿਆ ਸੀ ਵਾਟਰ ਰੈਗੂਲੇਟਰੀ ਕਮਿਸ਼ਨ ਦੀ, ਕੰਮ ਪਤਾ ਨਹੀਂ ਕੀਤੇ ਕਿ ਨਹੀਂ ਕੀਤੇ ਹੈਗੇ, ਜੇ ਕੀਤੇ ਹੁੰਦੇ ਤਾਂ ਪੰਜਾਬ ਮੀਡੀਆ ਨੂੰ ਦੱਸਣਾ ਚਾਹੀਦਾ, ਮੀਡੀਆ ਜਿਹੜੇ ਪੰਜਾਬ ਨੂੰ ਦੱਸਣਾ ਚਾਹੀਦਾ। ਹਾਂ, ਪਰ ਉਹਨਾਂ ਨੇ ਕੀ ਕੀਤਾ, ਜਦੋਂ ਚੀਫ ਸੈਕਟਰੀ, ਉਹਨਾਂ ਨੇ ਨਾ ਜਿਹੜੇ ਆਈਐਸ ਅਫਸਰ ਨੇ ਪੰਜਾਬ ਦੇ ਵਿੱਚ ਇਸ ਟਾਈਮ 170-178 ਦੇ ਕਰੀਬ ਆਈਐਸ ਹੈਗੇ ਨੇ, ਵੀ ਜੀ ਸਾਡੇ ਘਰਾਂ ਦੇ ਵਿੱਚ ਜਿਹੜੇ ਅਸੀਂ ਨੌਕਰ ਰੱਖੇ ਹੈਗੇ ਨਾ, ਅਸੀਂ ਪੱਲਿਓਂ ਤਨਖਾਹ ਨਹੀਂ ਦੇਸਦੇ, ਹਾਲਾਂਕਿ 2.5 ਲੱਖ ਰੁਪਈਆ ਤਨਖਾਹ ਲੈਂਦੇ, 2.5 ਲੱਖ ਖਰਚਦੇ ਵੀ ਨਹੀਂ ਹੈਗੇ, ਉੱਪਰੋਂ ਹੀ ਬਣ ਜਾਂਦੇ ਹੈਗੇ ਨੇ ਲਗਭਗ ਸਾਰਿਆਂ 'ਚੋਂ 80-90% ਦੇ ਨਿਆਣੇ ਇਹਨਾਂ ਦੇ, ਜਿੱਥੇ ਜ਼ਿਲ੍ਹਿਆਂ ਦੇ ਵਿੱਚ ਨਿਆਣੇ ਫ੍ਰੀ ਪੜ੍ਹਦੇ, ਜ਼ਿਲ੍ਹਿਆਂ ਦੇ ਵਿੱਚ ਚੰਗੇ ਕਿਸੇ ਸਕੂਲ ਵਾਲੇ ਨੇ ਮਾਰਨਾ, ਕਿਸੇ DC ਜਾਂ SSP ਜਾਂ ਹੋਰ ਅਫਸਰਾਂ ਕੋਲ ਬੱਚਿਆਂ ਦੀ ਫੀਸ ਲੈ ਕੇ, ਤਨਖਾਹ ਤਾਂ ਇਹਨਾਂ ਦੀ ਸੁੱਕੀ ਜਮ੍ਹਾਂ ਹੀ ਰਹਿੰਦੀ ਹੈਗੀ ਹੈ। ਉਹਨੇ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਹ ਕਰਾਤਾ ਕਿ ਜੀ ਜਿਹੜੇ ਸਾਡੇ ਘਰ ਨੌਕਰ ਕੰਮ ਕਰਦੇ ਸਰਕਾਰ ਪੇ ਕਰੂਗੀ। ਹੁਣ ਚੰਡੀਗੜ੍ਹ ਦੇ DC ਰੇਟ ਕੋਈ 23,000 ਰੁਪਈਆ, ਜਿਹੜੇ ਚੰਡੀਗੜ੍ਹ ਰਹਿੰਦੇ ਨੇ 23,000 ਰੁਪਈਆ ਸਰਕਾਰ ਭਰਦੀ ਆ, ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆ ਉਹ DC ਰੇਟ ਆ, ਉੱਥੇ ਕਿੰਨਾ ਹੋਊਗਾ, 10-15,000 ਤਾਂ ਹੋਊਗਾ, ਉਹ ਸਰਕਾਰ ਭਰਦੀ। ਸਰਕਾਰ ਇਹਨਾਂ ਦੇ ਨੌਕਰਾਂ ਦੀ ਪੈਸੇ ਦਿੰਦੀ ਨੇ, ਢਿੱਡ ਇਹਨਾਂ ਦਾ ਨਵੀਂ ਭਰਿਆ ਗਾ। ਫਿਰ ਇਹਨਾਂ ਨੇ ਹਰ ਮਹਿਕਮੇ ਨੇ ਆਪਣੇ ਆਪਣੇ ਮਹਿਕਮੇ ਦੇ ਵਿੱਚ ਆਊਟਸੋਰਸਿਸ, ਜਿਹਨੂੰ ਕਹਿ ਸਕਦੇ ਕਿ ਬੈਕਡੋਰ ਐਂਟਰੀ, ਮੁਲਾਜ਼ਮ ਭਰਤੀ ਕਰ ਰਹੀ ਹੈ ਸਰਕਾਰ ਨੇ। ਕੰਮ ਪਿਛਲੇ 6 ਸਾਲਾਂ 'ਚ ਚੱਲੇ, ਇਹ IAS ਅਫਸਰ ਬਣ ਗਿਆ, ਉਹ ਇੱਕ ਵਿਭਾਗ ਦਾ ਮੁਖੀ ਆ। ਹੁਣ ਇੱਕ ਤਾਂ ਘਰ ਦਾ ਨੌਕਰ ਮਿਲ ਗਿਆ, ਜਿਹੜੀ ਸਰਕਾਰ ਉਹਦੇ ਘਰ ਨੂੰ ਤਨਖਾਹ ਦਿੰਦੀ ਹੈ 23,000 ਰੁਪਈਆ ਚੰਡੀਗੜ੍ਹ ਦੇ ਵਿੱਚ ਆ, ਉਹਦੇ 'ਚ ਜ਼ਿਆਦਾ ਜਿਹੜੇ ਕੰਮ ਕਰਦੇ ਨੇ ਉਹ ਨੇਪਾਲੀ ਨੇ, ਹਿਮਾਚਲੀ ਨੇ, ਉੱਤਰਾਖੰਡੀ ਨੇ, ਪੰਜਾਬੀ ਤਾਂ ਕੰਮ ਕਰਦੇ ਨਹੀਂ ਹੈਗੇ, ਜ਼ਿਆਦਾ ਬਾਹਰ ਲਈ ਆ। 90% ਹੀ ਚੰਡੀਗੜ੍ਹ ਦੇ ਵਿੱਚ ਰੋਟੀਆਂ ਪਕਾਉਣ ਵਾਸਤੇ, ਨਿਆਣੇ ਖਿਡਾਉਣ ਵਾਸਤੇ ਅਤੇ ਇਹਨਾਂ ਦੀ ਸੇਵਾ ਸੁਵਾ ਕਰਨ ਵਾਸਤੇ ਉਹ ਲੋਕ ਹੀ ਆ। ਹੁਣ ਇਹਨਾਂ ਨੇ ਆਊਟਸੋਰਸਿੰਗ ਦੇ ਰਹੀਏ ਕਿ ਮੁਲਾਜ਼ਮ ਆਪਣੇ ਘਰ ਭੇਜ ਦਿੰਦੇ ਹੈਗੇ ਨੇ। ਹੁਣ ਇੱਕ ਬੰਦਾ ਕਹਿੰਦੇ ਡਿਪਾਰਟਮੈਂਟ ਦੇ ਵਿੱਚ ਆ ਕੇ ਰੋਣ ਲੱਗ ਪਿਆ, ਬੇਗਾਨਾ ਬੰਦਾ ਕਿਸੇ ਦਾ ਕਿਉਂ ਗੰਦ ਚੁੱਕੇ ਯਾਰ, ਹੈ ਨਾ। ਉਹ ਕਹਿੰਦੇ ਕਿ ਉਹਦੀ ਅਫਸਰ ਦੀ ਜਿਹੜੀ ਘਰਵਾਲੀ ਬਹੁਤ ਹੀ ਯਾਰੀ ਆ, ਬਹੁਤ ਹੀ ਜ਼ਹਿਰੀਲੀ ਆ, ਉਹ ਦਬਕੇ ਮਾਰ ਕੇ ਕੰਮ ਕਰਾਉਂਦੀ ਹੈਗੀ। ਇੱਕ ਆਊਟਸੋਰਸ ਦਾ ਬੰਦਾ ਉਹਨੂੰ ਘਰ ਭੇਜਦੇ ਨੇ ਡੇਲੀ, ਉਹਦੇ ਘਰੋਂ ਪੋਚਾ ਲਵਾਉਂਦੇ ਨੇ, ਕਿਚਨ ਦਾ ਪੋਚਾ, ਸਫਾਈ, ਗੰਦ ਮੰਦ, ਔਰ ਜਿਹੜੇ ਟੋਇਲਟ ਦੇ ਵਿੱਚ ਹੁੰਦੇ ਨਾ, ਜੋ ਟੋਇਲਟ ਦੇ ਲੈ ਕੇ ਜਿਹੜੇ ਹੋਟਲਾਂ ਦੇ ਵਿੱਚ ਉਹ ਸੀਟ ਦੇ ਨਾਲ ਉਹ ਟਿਸ਼ੂ ਪੇਪਰ ਵਲੇਟੇ ਹੁੰਦੇ,
ਉਹ ਬੰਦੇ ਕੀ ਕਹਿੰਦੇ ਕਿ ਆਪ ਕਰਕੇ ਆਪਣਾ ਟੋਇਲਟ ਕਰਨ ਤੋਂ ਬਾਅਦ ਕਈ ਪਾਣੀ ਨਾਲ ਸਾਫ਼ ਕਰਦੇ, ਕਈ ਨਹੀਂ ਕਰਦੇ, ਟਿਸ਼ੂ ਪੇਪਰ ਨਾਲ, ਅੰਗਰੇਜ਼ ਸਾਰੇ ਅੰਗਰੇਜ਼ ਪੁੱਤ ਬਣ ਗਏ ਨਾ, ਕਾਲੇ ਗੋਰੇ ਕਾਲੀ ਚਮੜੀ ਵਾਲੇ ਗੋਰੇ ਜਿਹੜੇ ਬਣ ਗਏ, ਉਹ ਵੀ ਟਿਸ਼ੂ ਪੇਪਰ ਨਾਲ, ਉਹ ਵੀ ਚੁਕਾਉਂਦੀ, ਉਹ ਵੀ ਸਾਫ਼ ਕਰਵਾਉਂਦੀ। ਹੁਣ ਬੰਦਾ ਉਹ ਕਿਵੇਂ ਕਰ ਸਕਦਾ ਹੈਗਾ? ਉਹ ਕਹਿੰਦੇ ਆ ਕੇ ਆਪਣੇ ਅਫਸਰਾਂ ਕੋਲ ਰੋਣ ਲੱਗ ਪਿਆ, ਜਿਵੇਂ ਬੰਦੇ ਨਾ ਮਰਗ ਦੇ ਵਿੱਚ ਰੋਂਦੇ ਹੈਗੇ ਨੇ ਬੁੜੀਆਂ ਨਾ, ਉੱਚੀ ਉੱਚੀ ਰੋਣ ਲੱਗ ਪਿਆ। ਜਲਾਲ ਤਾਂ ਇੰਨੀ ਮਹਿਸੂਸ ਕਰ ਲਈ, ਸ਼ੋਸ਼ਣ ਇੰਨਾ ਹੋ ਗਿਆ, ਜਲਾਲ ਤਾਂ ਇੰਨਾ ਜਲੀਲ ਕਰ ਦਿੱਤਾ, ਯਾਰ ਮੈਂ ਫਲਾਨਾ ਬੰਦਾ, ਠੀਕ ਆ ਮੇਰੀ ਮਜਬੂਰੀ, ਮੈਂ ਆਊਟਸੋਰਸ ਦਾ ਮੁਲਾਜ਼ਮ ਹਾਂ, ਪਰ ਮੈਂ ਲੋਕਾਂ ਦੇ ਗੰਦ ਚੁੱਕਣ ਵਾਸਤੇ ਥੋੜ੍ਹਾ ਰੱਖਿਆ। ਜੇ ਤੁਸੀਂ ਮੇਰੇ ਕੋਲ ਕੰਮ ਲੈਣਾ, ਆਹ ਫਾਈਲ ਇੱਥੇ ਚੱਕ ਕੇ ਇੱਥੇ ਰੱਖ, ਪਾਣੀ ਪਿਆ ਦੇ, ਰੋਟੀ ਖਵਾ ਦੇ, ਪਰ ਮੈਂ ਲੋਕਾਂ ਦਾ, ਅਫਸਰਾਂ ਦੀ ਘਰ ਵਾਲੀਆਂ ਦਾ ਜਾਂ ਉਹਨਾਂ ਦੇ ਬੱਚਿਆਂ ਦਾ ਗੰਦ ਚੁੱਕਣ ਵਾਸਤੇ ਥੋੜ੍ਹਾ ਰੱਖਿਆ ਹੈਗਾ। ਉਹ ਕਹਿੰਦੇ ਇੰਨਾ ਭੁੱਬਾ ਮਾਰ ਕੇ ਰੋਇਆ, ਉੱਚੀ ਉੱਚੀ ਰੋਇਆ ਹੈਗਾ ਵੀ ਮੈਨੂੰ ਇੰਨਾ ਜਲੀਲ, ਮੇਰਾ ਇੰਨਾ ਸ਼ੋਸ਼ਣ ਆ। ਔਰ ਫਿਰ ਕਹਿੰਦੇ ਉਹ ਬੀਬੀ ਕਿੱਟੀ ਬੜੀ, ਕਿੱਟੀ ਖੇਡਣ ਦੀ ਬੜੀ ਸ਼ੌਕੀਨ ਆ, ਸਰਕਾਰੀ ਗੱਡੀ ਲੈ ਜਾਂਦੀ ਹੈਗੀ ਆ, ਡਰਾਈਵਰ ਧੁੱਪੇ ਖੜਾ ਰਹਿੰਦਾ, ਜਦੋਂ ਬੀਬੀ ਹਾਰ ਹੂਰ ਕੇ ਕਿੱਟੀ, ਜੋ ਵੀ ਕਿੱਟੀ ਦੇ ਵਿੱਚ ਚੱਲਦਾ ਪਤਾ ਨਹੀਂ ਕੀ ਕੁਝ ਹੁੰਦਾ ਕਿੱਟੀ ਦੇ ਵਿੱਚ, ਉਹ ਵਿਚਾਰਾ ਬਾਹਰ ਹੀ ਤੜਫਦਾ ਰਹਿੰਦਾ ਹੈਗਾ, ਫਿਰ ਗੱਡੀ ਲੈਣ ਜਾਓ ਛੱਡਣ ਜਾਓ। ਮਤਲਬ ਪੰਜਾਬ ਦੇ ਸਾਰੇ ਨਹੀਂ ਪਰ ਇਹੋ ਜਿਹੇ ਬਹੁਤ ਸਾਰੇ ਅਫਸਰ ਨੇ ਜਿਹੜੇ ਉਹਨਾਂ ਦੇ ਘਰ ਨੌਕਰ ਰੱਖੇ ਆ ਨੇ, ਉਹ ਉਹਨਾਂ ਦੇ ਨਾਲ ਬੜਾ ਸ਼ੋਸ਼ਣ ਹੁੰਦਾ, ਇਹਨੂੰ ਜਿਸਮਾ ਕੀ ਕਹੀ, ਕਿਹੜਾ ਸ਼ੋਸ਼ਣ ਹੈ ਜੀ। ਹੁਣ ਦੂਜਾ ਸਵਾਲ ਇਹ ਵੀ ਆ ਗਿਆ ਕਿ ਇਹਨਾਂ ਨੂੰ ਨੌਕਰ ਰੱਖਣ ਸਰਕਾਰ ਕਿਉਂ ਪੇ ਕਰੇ, ਇਹ ਬੰਦ ਕਰਨੀ ਚਾਹੀਦੀ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ, ਕਿ ਜੇ ਪਿਛਲਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਾਂ ਪਿਛਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੈ ਗਿਆ, ਇਹ ਬੰਦ ਹੋਣੇ ਚਾਹੀਦੇ। 2.5-2.5 ਲੱਖ ਰੁਪਈਆ ਤਨਖਾਹ ਲੈਂਦੇ, ਉੱਪੋਂ ਰਿਸ਼ਵਤਖੋਰ, ਸਾਰੇ ਨਹੀਂ ਸਾਰਿਆਂ 'ਚ ਬਹੁਤ ਸਾਰੇ, ਫਿਰ ਵੀ ਇਹ ਕਹਿੰਦੇ ਕਿ ਜਿਹੜੇ ਸਾਡੇ ਘਰ ਕੰਮ ਕਰਦੇ ਉਹ ਸਰਕਾਰ ਪੇ ਕਰੇ। ਇਸ ਕਰਕੇ ਉਹ ਇਹੋ ਜਿਹੇ ਲੋਕਾਂ ਦੇ ਜਿਹੜੇ ਆਊਟਸੋਰਸਿੰਗ ਦਾ ਜਿਹੜੇ ਨੇ ਉਹ ਵਿਚਾਰੇ ਇਸ ਕੰਮ ਵਾਸਤੇ ਥੋੜ੍ਹਾ ਰੱਖੇ ਹੈਗੇ ਕਿ ਇਹਨਾਂ ਅਫਸਰਾਂ ਦੀਆਂ ਟੱਟੀਆਂ ਚੁੱਕਦੇ ਫਿਰਨ, ਉਹ ਵਿਚਾਰਾ ਆ ਕੇ ਜਲੀਲ ਹੋਇਆ। ਅਤੇ ਇਸ ਕਰਕੇ ਕਈ ਤਾਂ ਐਡੇ ਅਫਸਰ ਭੈੜੇ ਨੇ, ਮੰਨ ਲਓ ਕੋਈ ਡਿਪਾਰਟਮੈਂਟ ਆ, ਲੈ ਲਓ ਏ ਡਿਪਾਰਟਮੈਂਟ ਆ, ਏ ਡਿਪਾਰਟਮੈਂਟ ਦੇ ਤੁਸੀਂ ਡਾਇਰੈਕਟਰ ਲੱਗ ਗਏ, ਤੁਹਾਨੂੰ ਗੱਡੀ ਮਿਲ ਗਈ, ਤੁਹਾਨੂੰ ਲੈਪਟੋਪ ਮਿਲ ਗਿਆ, ਤੁਹਾਨੂੰ 1.5 ਲੱਖ ਦਾ ਮੋਬਾਈਲ ਮਿਲ ਗਿਆ, ਤੁਹਾਡੇ ਘਰ ਇੱਕ ਨੌਕਰ 2-3 ਨੌਕਰ ਰੱਖੇ ਸੀ, ਤੁਸੀਂ ਦੂਜੇ ਮਹਿਕਮੇ 'ਚ ਚੱਲ ਗਏ ਹੈਗੇ, ਤੁਸੀਂ ਨਾਲ ਹੀ ਲੈ ਗਏ ਆਪਣੇ, ਵੀ ਜਿੱਦਾਂ ਨਾ ਸਾਰਾ ਸਟਾਫ ਤੁਹਾਡੇ ਪ੍ਰੋਪਰਟੀ ਤੁਹਾਡੇ ਦਾਜ 'ਚ ਆਏ ਹੁੰਦੇ ਨੇ। ਇਹ ਪੰਜਾਬ ਦੇ ਅਫਸਰ, ਇਹਨਾਂ ਦੀ ਲਗਾਮ ਖਿੱਚਣ ਦੀ ਲੋੜ ਆ, ਪਰ ਨਾ ਬਾਦਲ ਸਾਹਿਬ, ਨਾ ਕੈਪਟਨ ਅਮਰਿੰਦਰ ਸਿੰਘ, ਨਾ ਭਗਵੰਤ ਮਾਨ ਸਾਹਿਬ, ਇਹ ਅਸਲੀ ਪੰਜਾਬ ਨੂੰ ਲੁੱਟ ਰਹੇ ਨੇ। ਪੰਜਾਬ ਦੇ ਕਈ ਬੜੇ ਕਾਬਲ ਅਫਸਰ ਨੇ, ਬੜੇ ਮਿਹਨਤੀ ਨੇ, ਪੰਜਾਬ ਨੂੰ ਅੱਗੇ ਲਿਜਾਣਾ, ਪੰਜਾਬ ਵਾਸਤੇ ਫਿਕਰਮੰਦ ਨੇ, ਤਰਸਦੇ ਨੇ ਕਿ ਪੰਜਾਬ 'ਚ ਇਹ ਕੰਮ ਹੋਣੇ ਚਾਹੀਦੇ ਨੇ। ਕਈ ਕਹਿੰਦੇ ਲੁੱਟੋ ਇੱਥੋਂ, ਪੰਜਾਬ ਨੂੰ ਜਿੰਨਾ ਲੁੱਟ ਲਓ, ਕਿਉਂਕਿ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਦੇ ਵਿੱਚ ਲੀਡਰ ਹੁੰਦਾ ਸੀ ਜਥੇਦਾਰ ਅੰਗਰੇਜ਼ ਸਿੰਘ ਬਡੇਰੀ, ਚੰਡੀਗੜ੍ਹ ਬਚਾਓ ਉਹਨੇ ਮੰਚ ਬਣਾਇਆ ਸੀ। ਉਹ ਕਹਿੰਦੇ ਹਿੰਦੁਸਤਾਨ ਦੇ ਜਿਹੜੇ IAS IPS ਨਾ, ਇਹ ਅਸਲ ਦੇ ਵਿੱਚ ਮੁਹੰਮਦ ਗੌਰੀ ਅਤੇ ਮੁਹੰਮਦ ਗਜਨਵੀ ਦੀਆਂ ਲੱਦ ਨੇ। ਇੱਕ ਰਿਪੋਰਟ ਛਪੀ ਸੀ ਅੱਜ ਤੋਂ 10-12 ਸਾਲ, ਮੇਰੇ ਜ਼ਿਆਦਾ ਹੀ ਹੋ ਗਿਆ, ਕਿ ਇੰਡੀਆ ਨੂੰ ਸਭ ਤੋਂ ਵੱਧ ਕੇ ਕੌਣ ਲੁੱਟਦੇ ਨੇ, ਨੰਬਰ 1 ਤਾਂ ਦੇਸ਼ ਦੀ ਬਿਊਰੋਕਰੇਸੀ, ਨੰਬਰ 2 ਤਾਂ ਪੋਲੀਟੀਸ਼ੀਅਨ। ਹੁਣ ਇਹ ਜਿਹੜੇ ਪੰਜਾਬ ਦਾ ਜਿਹੜਾ IAS ਅਫਸਰ ਆ, ਜਿਹੜਾ ਆਪਣੇ ਘਰ ਆਊਟਸੋਰਸਿੰਗ ਦੇ ਜਿਹੜੇ ਮੁਲਾਜ਼ਮ ਰੱਖੇ ਨੇ, ਉਹ ਨਿਆਣਿਆਂ ਦੀਆਂ ਅਤੇ ਉਹਦੀਆਂ ਜਨਾਨੀ ਜਾਂ ਉਹ ਬੰਦੇ ਦੀ ਟੱਟੀ ਚੁੱਕਣ ਵਾਸਤੇ ਰੱਖੇ ਨੇ IAS, ਇਹ ਤਾਂ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾਉਣਾ ਚਾਹੀਦਾ ਉਸ ਬੰਦੇ ਨੂੰ, ਇਹੋ ਜਿਹੇ IAS ਅਫਸਰ ਨੂੰ ਤਾਂ ਸਸਪੈਂਡ ਕਰਨਾ ਚਾਹੀਦਾ। ਯਾਰ ਕਿਵੇਂ ਤੁਸੀਂ ਇੱਕ ਬੰਦੇ 'ਤੇ ਤਸ਼ੱਦਦ ਕਰ ਰਹੇ ਹੋ, ਉਹ ਤੁਹਾਡਾ ਜਮਾਦਾਰ ਹੈ, ਕੋਈ ਕੀ ਪਤਾ ਕਿੰਨਾ ਪੜ੍ਹਿਆ ਹੋਊਗਾ ਯਾਰ, ਉਹ ਬੰਦਾ MA ਘੱਟੋ ਘੱਟ ਤਾਂ ਕੀਤੀ ਹੋਊਗੀ, ਕੋਈ ਡਿਗਰੀ ਕੀਤੀ ਹੋਊਗੀ ਨਾ, PhD ਹੋਲਡਰ 84 ਦੀ ਨੌਕਰੀ ਲਈ ਅਪਲਾਈ ਕਰਨ ਲੱਗ ਗਏ ਨੇ, ਤਰਸਦੇ ਨੇ, ਤੇ ਤੁਸੀਂ ਉਹਨੂੰ ਆਪਣੇ ਨਿਆਣਿਆਂ ਦੇ ਤੇ ਧੜੀਆਂ ਬੁੜੀਆਂ ਦੀਆਂ ਨਿਆਣੇ, ਉਹ ਬੰਦਾ ਟੱਟੀ ਚੁੱਕੇ ਨਾ, ਉਹ ਇਸੇ ਕਰਕੇ ਭੁੱਬਾ ਮਾਰ ਕੇ ਰੋਇਆ ਹੈਗਾ। ਉਹ ਅਫਸਰ ਦੀ ਤੇ ਥੂ ਹੋ ਰਹੀ ਆ, ਪਰ ਉਹ ਫੜਿਆ ਗਿਆ ਤੇ ਚੋਰ ਬਾਕੀ ਸਾਧ ਹੋ ਸਕਦਾ, ਬਾਕੀ ਵੇਈ ਕਰਵਾਉਂਦੇ ਪਿੱਛੇ ਜੇ, ਤੇ ਇੱਕ ਇਹ ਕਿ ਕਈਆਂ ਨੇ ਘਰ ਦੇ ਬਾਹਰ ਮਟਕੇ ਰੱਖੇ ਹੁੰਦੇ ਪਾਣੀ ਦੇ,
ਘਰੋਂ ਕੰਮ ਕਰਾਉਂਦੇ ਨੇ ਡਰਾਈਵਰਾਂ ਕੋਲ ਅਤੇ ਹੋਰ ਜਿਹੜੇ ਸਫਾਈ ਕਰਨੇ, ਪਰ ਉਹਨਾਂ ਦੇ ਕਿਚਨ 'ਚ ਜਾ ਕੇ ਨਹੀਂ ਸੀ ਪਾਣੀ ਪੀ ਸਕਦਾ, ਉਹਨਾਂ ਵਾਸਤੇ ਬਾਹਰ ਮਟਕੇ ਰੱਖੇ ਗਏ ਜਿਵੇਂ ਅਸੀਂ ਨਾ 16ਵੀਂ ਸਦੀ ਵਿੱਚ ਰਹਿੰਦੇ ਹੈਗੇ। ਅਤੇ ਕੀ ਇਹ ਇੰਡੀਆ ਪੰਜਾਬ ਉਹ ਹੀ ਹੈ ਵੀ ਤੁਸੀਂ ਯਾਰ ਉਹਨਾਂ ਕੋਲ ਲੋਕਾਂ ਕੋਲ ਆਪਣੇ ਟਿਸ਼ੂ ਜਿਹੜੇ ਪੇਪਰ ਟੋਇਲਟ 'ਚ ਉਹ ਵੀ ਸਾਫ਼ ਕਰਵਾਉਂਦੇ ਪਹੁੰਚਦੇ? ਮੈਨੂੰ ਲੱਗਦਾ ਇਹੋ ਜਿਹੇ ਅਫਸਰ ਤਾਂ ਬੜੇ ਜਲੀਲ, ਇਹਨਾਂ ਇਹੋ ਜਿਹੇ ਅਫਸਰਾਂ ਨੂੰ ਜਿੰਨਾ ਰੱਜ ਕੇ ਜਲੀਲ ਕੀਤਾ ਜਾਵੇ ਨਾ ਉਨਾ ਹੀ ਥੋੜ੍ਹਾ। ਔਰ ਜਿੱਦਣ ਇਸ ਅਫਸਰ ਬਾਰੇ ਇਹੋ ਜਿਹੇ ਦੀਆਂ ਸ਼ਕਲਾਂ ਲੋਕਾਂ ਦੇ ਸਾਹਮਣੇ ਲਿਆਉਣੀਆਂ ਚਾਹੀਦੀਆਂ, ਹਜੇ ਤਾਂ ਆਪਾਂ ਕੋਲ ਉੜਦੀ ਉੜਦੀ ਗੱਲ ਆ ਗਈ ਹੈ। ਜਿੱਦਣ ਪਤਾ ਲੱਗ ਗਿਆ ਨਾ ਇਹੋ ਜਿਹੇ ਬੰਦਿਆਂ ਦੀਆਂ ਤਸਵੀਰਾਂ ਵੀ ਛਾਪਣੀਆਂ ਚਾਹੀਦੀਆਂ ਕਿ ਆਹ ਦੇਖੋ ਵੱਡਾ ਮਹਾਰਾਜਾ ਕਿਹੜਾ ਕਹੀਏ ਜਿਹੜਾ ਵੀ ਹੈਗਾ ਕਿਹੜੇ ਨਾ, ਫਿਰ ਪਤਾ ਲੱਗਿਆ ਕਿ ਕਿੰਨਾ ਕੀ ਖਾਨਦਾਨ ਹੈਗਾ ਕਿ ਜਿਹੜਾ ਆਪਣੇ ਘਰ ਨੌਕਰ ਰੱਖਦਾ ਨੇ ਅਤੇ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਕਿਹੋ ਜਿਹੇ ਕੰਮ ਕਰਵਾਉਂਦਾ ਘਰ ਦੇ ਵਿੱਚ, ਹੈ ਨਾ। ਇਹ ਇਹ ਮੈਨੂੰ ਲੱਗਦਾ ਇਹੋ ਜਿਹੇ ਅਫਸਰਾਂ ਨੂੰ ਜਲੀਲ ਕਰਨਾ ਚਾਹੀਦਾ, ਜਿਵੇਂ ਉਸ ਉਹ ਬੰਦਾ ਜਿਹੜਾ ਮੁੰਡਾ ਵਾ ਭੁੱਬਾ ਮਾਰ ਕੇ ਰੋਇਆ ਹੈਗਾ।